ਕੱਲ੍ਹ ਪੰਜਾਬ ਪੁਲਿਸ ਦੇ ਖਿਲਾਫ ਇੱਕ ਹੋਰ ਮੁਜ਼ਾਰਾ ਰਾਜ ਦੇ ਵਿੱਚ ਹੋਇਆ। ਇਹ ਵਾਕਿਆ ਵਾ ਮਿੱਧੂ ਖੇੜਾ ਪਿੰਡ ਦਾ, ਇਹ ਮੁਕਤਸਰ ਜ਼ਿਲ੍ਹੇ 'ਚ ਹੈ, ਪਿੰਡ ਬੋਹਰ ਦੇ ਨੇੜੇ ਆ। ਉੱਥੇ ਇੱਕ ਗੁਰਮੀਤ ਸਿੰਘ ਨਾਂ ਦਾ ਵਿਅਕਤੀ ਸੀ, ਉਹਦਾ ਪੁਲਿਸ ਪਿੱਛਾ ਕਰ ਰਹੀ ਸੀ। ਪੁਲਿਸ ਨੂੰ ਸ਼ੱਕ ਸੀ ਵੀ ਉਹਦੇ ਕੋਲ ਭੁੱਖੀ ਹੈ, ਉਹ ਰਾਜਸਥਾਨ ਤੋਂ ਭੁੱਖੀ ਲੈ ਕੇ ਆਇਆ ਸੀ, ਮੋਟਰਸਾਈਕਲ 'ਤੇ ਜਾ ਰਿਹਾ ਸੀ, ਉਹ ਪਿੱਛਾ ਕਰ ਰਹੀ ਸੀ ਅਤੇ ਉਹਦੀ ਉਸ ਵੇਲੇ ਮੌਤ ਹੋ ਗਈ। ਇਸ ਇੰਸੀਡੈਂਟ ਦੇ ਦੋ ਵਰਜ਼ਨ ਆ। ਇੱਕ ਵਰਜ਼ਨ ਤਾਂ ਇਹ ਵੀ ਜਦੋਂ ਉਹਦਾ ਪੁਲਿਸ ਪਿੱਛਾ ਕਰ ਰਹੀ ਸੀ ਤਾਂ ਉਹਦਾ ਮੋਟਰਸਾਈਕਲ ਜਿਹੜਾ ਉਹ ਸਕਿੱਡ ਕਰ ਗਿਆ, ਤਿਲਕ ਗਿਆ ਅਤੇ ਉਹ ਡਿੱਗ ਕੇ ਮਰ ਗਿਆ। ਲੇਕਿਨ ਜਿਹੜੇ ਪਿੰਡ ਵਾਲੇ ਆ, ਜਿਹੜੇ ਮੁਜ਼ਾਹਰਾ ਕਰ ਰਹੇ ਆ, ਉਹ ਕਹਿ ਰਹੇ ਆ ਕਿ ਪੁਲਿਸ ਦਾ ਜਿਹੜਾ ਵਰਜ਼ਨ ਹੈ ਝੂਠਾ ਵਾ। ਔਰ ਉਹ ਕਹਿ ਰਹੇ ਆ ਕਿ ਜਦੋਂ ਪੁਲਿਸ ਵਾਲਿਆਂ ਨੇ ਆਪਣੇ ਕੰਟਰੋਲ ਰੂਮ ਨੂੰ ਜਿਹੜੀ ਪਹਿਲੀ ਰਿਪੋਰਟ ਭੇਜੀ ਹੈ, ਜੇ ਉਹ ਹੀ ਵੇਖੀ ਜਾਵੇ ਤਾਂ ਉੱਥੋਂ ਪਤਾ ਲੱਗਦਾ ਵੀ ਇਹ ਪੁਲਿਸ ਦਾ ਜਿਹੜਾ ਵਰਜ਼ਨ ਹੈ ਜੋ ਪੁਲਿਸ ਕਹਿ ਰਹੀ ਆ ਉਹ ਸੱਚੀ ਗੱਲ ਨਹੀਂ। ਇਸ ਵਰਜ਼ਨ ਦੇ ਮੁਤਾਬਕ ਪੁਲਿਸ ਨੇ ਕਿਹਾ ਸੀ ਕਿ ਇੱਕ ਇਨਸਾਨ ਸੀ ਜਦੋਂ ਉਹਦਾ ਪਿੱਛਾ ਹੋ ਰਿਹਾ ਸੀ ਅਤੇ ਉਹ ਮੋਟਰਸਾਈਕਲ ਅਤੇ ਭੁੱਖੀ ਛੱਡ ਕੇ ਭੱਜ ਗਿਆ, ਫਰਾਰ ਹੋ ਗਿਆ। ਉਹਨਾਂ ਕਿਹਾ ਕਿ ਉਹਦੇ ਕੋਲੋਂ 16 ਕਿਲੋ ਮੋਟਰਸਾਈਕਲ ਦੇ ਨਾਲ 16 ਕਿਲੋ ਜਿਹੜੀ ਭੁੱਖੀ ਸੀ ਉਹ ਮਿਲੀ ਸੀ, ਔਰ ਜਿਹੜਾ ਵਿਅਕਤੀ ਸੀ ਉਹ ਫਰਾਰ ਹੋ ਗਿਆ। ਸੋ ਇਹਦੇ ਕਰਕੇ ਉੱਥੇ ਲੋਕ ਜਿਹੜੇ ਮੁਜ਼ਾਹਰਾ ਕਰ ਰਹੇ, ਉਹ ਪੁਲਿਸ ਨੂੰ ਜ਼ਿੰਮੇਵਾਰ ਠਹਿਰਾ ਰਹੇ ਆ ਵੀ ਇਹ ਵਿਅਕਤੀ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਦੀ ਜਿਹੜੀ ਮੌਤ ਹੋਈ ਆ। ਉੱਥੋਂ ਦੀ ਐਡਮਿਨਿਸਟ੍ਰੇਸ਼ਨ ਨੇ ਇੱਕ SP ਲੈਵਲ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਲਾਈ ਆ ਵੀ ਉਹ ਇਹਦੀ ਇਨਕੁਆਇਰੀ ਕਰਨ। ਮੇਰਾ ਖਿਆਲ ਆ ਕਿ ਹੁਣ ਪੁਲਿਸ ਕੋਲ ਜਿਹੜੇ ਇੰਟਰਸੈਪਸ਼ਨ ਦੇ ਆਵਾਜਾਈ ਦੇ ਸਾਧਨ ਅੱਗੇ ਨੂੰ ਬਿਹਤਰ ਆ, ਚੰਗੀਆਂ ਗੱਡੀਆਂ ਵਾ, ਉਹਨਾਂ ਕੋਲ ਕਮਿਊਨੀਕੇਸ਼ਨ ਦੀ ਇਕੁਪਮੈਂਟ ਵੀ ਅੱਗੇ ਨੂੰ, ਗੈਜਟਰੀ ਚੰਗੀ ਆ। ਸੋ ਮੇਰੇ ਖਿਆਲ ਇਹੋ ਜਿਹੇ ਆਧੁਨਿਕ ਮਾਡਰਨ ਜਿਹੜੇ ਸਿਸਟਮ ਆ ਉਹ ਅਡੋਪਟ ਕਰਨੇ ਚਾਹੀਦੇ ਆ। ਔਰ ਪੁਲਿਸ ਦੇ ਹੱਥੋਂ ਕਿਸੇ ਦੀ ਮੌਤ, ਪੁਲਿਸ ਕਿਸੇ ਦਾ ਪਿੱਛਾ ਕਰ ਰਹੀ ਹੋਵੇ, ਉਹ ਡਿੱਗ ਕੇ ਮਰ ਜਾਵੇ ਜਾਂ ਉਹ ਪੁਲਿਸ ਦੇ ਹੱਥੋਂ ਕੁੱਟ 'ਚ ਮਰ ਜਾਵੇ, ਇਹੋ ਜਿਹੇ ਜਿਹੜੇ ਸਿਸਟਮ ਆ, ਇਹੋ ਜਿਹੇ ਜਿਹੜੇ ਟੈਕਨੀਕਸ ਆ, ਇਹ ਨਹੀਂ ਵਰਤਣੀਆਂ ਚਾਹੀਦੀਆਂ ਉਹਨਾਂ ਨੂੰ। ਦੂਸਰਾ, ਇਹ ਜਿਹੜੀ ਹੁਣ ਇਨਕੁਆਇਰੀ ਹੋ ਰਹੀ ਆ, ਕਿਉਂਕਿ ਪੁਲਿਸ ਦੇ ਵਿੱਚ ਲਾਅ ਐਂਡ ਆਰਡਰ ਵਿੰਗ ਅਤੇ ਤਫਤੀਸ਼ ਦਾ ਵਿੰਗ, ਇਨਵੈਸਟੀਗੇਸ਼ਨ ਵਿੰਗ ਹੁਣ ਅੱਡ ਅੱਡ ਆ। ਸੋ ਇਹਦੀ ਇਨਕੁਆਇਰੀ ਜਿਹੜੀ ਆ, ਇਹ ਜਿਹੜੀ ਇਨਵੈਸਟੀਗੇਸ਼ਨ ਵਿੰਗ ਆ, ਤਫਤੀਸ਼ ਵਿੰਗ ਆ, ਉਹਦੇ ਕਿਸੇ ਅਧਿਕਾਰੀ ਨੂੰ ਇਹਦੀ ਇਨਕੁਆਇਰੀ ਜਿਹੜੀ ਆ ਕਰਨੀ ਚਾਹੀਦੀ, ਸੋ ਦੈਟ ਇਹ ਫੇਅਰ ਇਨਕੁਆਇਰੀ ਹੋਵੇ। ਇਹ ਨਾ ਹੋਵੇ ਵੀ ਜਿਹੜੇ ਲੋਕਾਂ ਨੇ ਉਹਨੂੰ ਜਾਂ ਜਿਹੜੇ ਲੋਕਾਂ 'ਤੇ ਇਲਜ਼ਾਮ ਹੈ ਵੀ ਉਹਨਾਂ ਮਾਰਿਆ, ਉਹੀ ਇਸ ਕੇਸ ਦੀ ਇਨਕੁਆਇਰੀ ਕਰਨ।